ਕਿਉਂ? ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਆਵਰ ਯੂਟਿਊਬ ਚੈਨਲ ਜਿਹਦਾ ਨਾਮ ਹੈ ਠਾਠ ਵਾ ਰਿਕਾਰਡਸ। ਸੋ ਅੱਜ ਦਾ ਬਲੌਗ ਆਪਾਂ ਅੱਜ ਚੱਲੇ ਹਾਂ ਖੰਨੇ, ਉੱਥੇ ਲੱਗਿਆ ਹੋਇਆ ਖੰਨਾ ਕਰਨੀਵਾਲ ਮੇਲਾ, ਜਿਹੜਾ ਕਿ ਮੇਲਾ ਜਿਹਾ ਲੱਗਿਆ ਛੋਟਾ ਜਿਹਾ, ਤੁਹਾਨੂੰ ਉੱਥੇ ਦੀ ਦਿਖਾਉਂਦੇ ਹਾਂ ਅੱਜ ਜਰਨੀ, ਘੁੰਮ ਫਿਰ ਕੇ ਆਉਂਦੇ ਹਾਂ। ਠੀਕ ਆ ਜੀ, ਬਣੇ ਰਹੋ ਬਲੌਗ ਨਾਲ ਅਤੇ ਕੰਟੀਨਿਊ ਰਹੋ। ਸੋ ਲਓ ਜੀ, ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਮੇਲੇ 'ਤੇ, ਜਿਹੜਾ ਖੰਨੇ ਆ, ਕੀ ਨਾਮ ਉਹਦਾ, ਖੰਨਾ ਕਰਨੀਵਾਲ। ਸੋ ਤੁਹਾਨੂੰ ਦਿਖਾਉਂਦੇ ਹਾਂ ਅੰਦਰਲਾ ਵਿਊ ਕੀ ਕਿਵੇਂ ਆ, ਬਸ ਤੁਸੀਂ ਕੰਟੀਨਿਊ ਰਹੋ ਬਲੌਗ ਨਾਲ ਆਪਣੇ ਨਾਲ। ਆਇਆ ਬੱਲੇ ਆਈ ਜਸ਼ਨ ਬਣਾ ਕੇ ਮੇਰੇ ਮਿੱਤਰ ਨੂੰ, ਗੱਲਾਂ ਹੋਰ ਹੋਣਗੀਆਂ ਅੱਜ ਬਲੌਗ 'ਚ। ਬਾਕੀ ਤੁਸੀਂ ਦੇਖ ਸਕਦੇ ਹੋ ਮਾੜੀ ਝਲਕ, ਇੱਧਰੋਂ ਝਲਕੀ ਦਿਖਾ ਰਿਹਾ ਤੁਹਾਨੂੰ। ਲਓ ਜੀ, ਹੁਣ ਆਪਾਂ ਲੈਣ ਚੱਲਣਾ ਟਿਕਟ ਇੰਨੀ ਜਾਣੀ ਕਿ ਬਾਹਲੀ ਮਹਿੰਗੀ ਨਹੀਂ ਹੈਗੀ, ਆਮ ਜੀ ਹੋਆ 20 ਰੁਪਏ ਆ, 20 ਰੁਪਏ ਐਂਟਰੀ ਆ ਸਾਰੀ। ਬਾਕੀ ਜਿਹੜੇ ਝੂਲੇ ਚੱਲਦੇ ਨੇ ਉਹ ਪਾ ਲੈ ਕੀ ਹਿਸਾਬ ਦਾ ਵਾ, ਬਾਕੀ ਤੁਸੀਂ ਦੇਖ ਸਕਦੇ। ਹੁਣ ਐਂਟਰ ਹੋ ਚੁੱਕੇ ਹਾਂ ਜੀ, ਇੱਧਰ ਦੇਖ ਬੱਲੀ ਓਏ। ਚੱਲ
ਚੱਲ ਚੱਲ ਖੰਨੇ ਆ ਗਏ ਪੂਰਾ ਨਜ਼ਾਰਾ ਬਸ ਦੋ ਤਿੰਨ ਝੂਲੇ ਵਧੀਆ ਨੇ ਉਰੇ ਬਾਕੀ ਟੋਪ ਵਾਲੇ ਦੇ ਬੈਠੇ ਅਸੀਂ ਜਾਣੀ ਜਿਹੜੇ ਚ ਅਸੀਂ ਬੈਠੇ ਇਸ ਟਾਈਮ 50 ਰੁਪਏ ਟਿਕਟ ਹੈ ਜੀ 14 ਆ ਸਕਦਾ ਪਰ ਪਰਸਨ ਹੈਗਾ 50 ਰੁਪਏ ਟਿਕਟ ਆ ਪਰ ਆਨੰਦ ਸਵਾਦ ਪੂਰਾ ਦੇਖੋ ਤੁਸੀਂ ਪੂਰਾ ਰਿਹਾ ਪੂਰਾ ਸਵਾਦ ਕਿਹੜਾ ਉਹ ਨੀ ਲੈਣਾ ਆਪਾਂ ਉਹਦੀ ਪਿਆ ਮੈਂ ਕਹਿੰਦਾ ਵੱਧ ਹੀ ਉਹਦੀ ਟਿਕਟ ਦਿਲ ਕਰਿਆ ਅਸੀਂ ਹੋਰ ਵੀ ਝੂਲੇ ਲਵਾਂਗੇ ਵੈਸੇ ਸਾਡਾ ਮਨ ਤਾਂ ਇਹੀ ਲੈਣ ਦਾ ਸੀਗਾ ਵੀ ਅਸੀਂ ਇਹੀ ਲਈਏ ਕਿਉਂਕਿ ਇਹ ਸੇਫ ਹੀ ਆ ਜ਼ਿਆਦਾ ਕੋਈ ਕੀ ਕਰਤਾ ਪੂਰਾ ਬਾਬੇ ਪੂਰਾ ਜਾਣੀ ਤੁਸੀਂ ਮੰਨ ਲਓ ਵੀ ਆਪਾਂ ਜਿਵੇਂ ਨਾ ਬੰਦਾ ਜਹਾਜ਼ ਤੋਂ ਡਾਈ ਮਾਰੇ ਉਹ ਜਿਵੇਂ ਮਰਨ ਵਾਲੇ ਹੁੰਦਾ ਉਹ ਹੋ ਰਿਹਾ ਜਿਵੇਂ ਨਾ ਜਹਾਜ਼ ਤੋਂ ਛਾਲ ਮਾਰੇ ਨਾ ਉਹ ਫੀਲਿੰਗ ਆ ਰਹੀ ਅੱਜ ਦੋ ਗੇੜੀ ਦੇ ਲਓ ਉਹ ਦੋ ਗੇੜੇ ਇਸ ਟਾਈਮ ਇਹਨੇ ਫੁੱਲ ਤੇਜ਼ ਕਰਤਾ ਸੀਗਾ ਸਾਨੂੰ ਫੀਲਿੰਗ ਨਾ ਐ ਆ ਰਹੀ ਜਿਵੇਂ ਬੰਦਾ ਨਾ ਜਹਾਜ਼ ਤੋਂ ਡਾਈ ਮਾਰੇ ਸਾਨੂੰ ਇਹਨਾਂ ਲੱਗਦਾ ਨੀ ਸੀ ਵੀ ਇੰਨਾ ਹੋਊਗਾ ਜਾਣੀ ਠੀਕ ਸੀਗਾ ਜਾਣੀ ਠੀਕ ਸੀਗਾ ਜਦ ਪੂਰਾ ਰਾਊਂਡ ਤੇਜ਼ ਹੁੰਦਾ ਨਾ ਫੇਰ ਲੱਗਦਾ ਜਦੋਂ ਪੂਰਾ ਰਾਊਂਡ ਹੈ ਨਾ ਪੂਰਾ ਤੇਜ਼ ਕਰ ਦਿੰਦੇ ਨੇ ਇਹ ਫੇਰ ਨਿਕਲ ਜਾ ਜਾਨ ਬਾਈ ਪੂਰਾ ਵਧੀਆ ਬਾਈ ਪੂਰਾ ਇੰਜੋਇਮੈਂਟ ਹੋਇਆ ਪਰ ਦੋ ਤਿੰਨ ਵਜੇ ਦਾ ਪੂਰਾ ਤੇਜ਼ ਕਰਦਾ ਜਾਂ ਜਾਨ ਦੀ ਨਿਕਲ ਜਾਂਦੀ ਹੁਣ ਆਪਾਂ ਲੈਣ ਲੈ ਟਿਕਟ ਫੜਦੇ ਨੀ ਅੱਜ ਪੁਆਏ ਉਹ ਧਰਨਾ ਚੱਲ ਫਿਰ ਦੇਖ ਲੱਗਦੇ ਬਹਿਣਾ ਖੜ ਜਾ ਖੜ ਜਾ ਲਓ ਜੀ ਆਪਾਂ ਹੁਣ ਅਗਲੇ ਝੂਲੇ ਨੂੰ ਬਹਿ ਕੇ ਆ ਵੀ ਕਹਿ ਵਾ ਇਹ ਬਹੁਤ ਧਰਮ ਅੱਜ ਮੈਨੂੰ ਲੱਗਦਾ
ਕਿਵੇਂ ਐਕਸਪੀਰੀਅੰਸ ਰਿਹਾ ਤੇਰਾ? ਪਹਿਲਾਂ ਨਾਲ ਬਹੁਤ ਵਧੀਆ ਰਿਹਾ ਜੀ, ਗਲੋ ਇਹ ਵੀ ਚੱਲ ਪਿਆ ਹੁਣ ਫਾਈਨਲੀ ਸਲੋ ਹੋ ਗਿਆ, ਸਾਡੀਆਂ ਬਾਜਾਂ ਪੈ ਗਈਆਂ ਪੂਰੀਆਂ ਬਾਈ, ਸਵਾਲ ਆਇਆ ਕਿ ਨਹੀਂ? ਨਜ਼ਾਰਾ ਆ ਗਿਆ, ਨਜ਼ਾਰਾ ਆ ਗਿਆ,
ਆ ਵੀ ਕਿਵੇਂ ਆ? ਵਧੀਆ ਵਧੀਆ ਪੂਰਾ। ਦੱਸ ਲਈ ਮੇਰਾ ਬੋਲ ਬਹਿ ਗਿਆ, ਸਾਡੇ ਬੋਲ ਬਹਿ ਗਏ ਵੀ ਕੁੱਕਾ। ਸੋ ਬਾਕੀ ਤੁਸੀਂ ਦੇਖ ਸਕਦੇ ਹੋ ਸਾਡਾ ਬੋਲ ਪੂਰਾ ਬੈਠਿਆ ਹੋਇਆ ਤੇ ਸ਼ਾਪਿੰਗ ਕਰਨ ਨੂੰ ਵੀ ਆਈ। ਮੱਲੀ ਕਿਵੇਂ ਆ? ਤੁਸੀਂ ਸ਼ਾਪਿੰਗ ਵੀ ਕਰ ਸਕਦੇ, ਅੰਦਰ ਹੈਗਾ ਥੋੜ੍ਹੀ ਜਿਹੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਸ਼ਾਪਿੰਗ ਕਰਨ ਨੂੰ। ਮੈਨੂੰ ਬਾਕੀ ਉੱਧਰ ਜਾ ਕੇ ਦਿਖਾਉਂਦੇ ਲਓ ਜੀ ਆਪਾਂ ਖੇਡਣ ਲੱਗਾ। ਜਿਹੜਾ ਵੀ ਨੰਬਰ ਆ ਗਿਆ ਆਪਾਂ ਬੋਲਾਂ ਖੇਡਦੇ ਨੇ। ਜਿਹੜਾ ਵੀ ਨੰਬਰ ਨੰਬਰ ਬਣ ਗਿਆ ਤੇਰੀ ਮਰ ਤੂੰ ਪਾ ਯਾਰ ਟੋਟਲ ਦੇਖਾਂ ਕੀ ਬਣਿਆ। ਛੱਡਦੇ ਜਿਵੇਂ ਮਰਜ਼ੀ, ਬਾਖਰ ਇਹਨਾਂ ਵਾਲਾ ਹੋਣਾ ਚਾਹੀਦਾ ਜਿਹੜੇ ਲਿਖੇ ਹੋਏ ਨੇ। ਜਿਵੇਂ ਮਰਜ਼ੀ ਇੱਕ ਇੱਕ ਨੀ ਤੂੰ ਇਕੱਠੀਆਂ ਹਟਦੇ ਕਿਸੇ ਮਤ ਦੇਖੀ ਜਾਊ ਨਾਲੇ ਇਕੱਠੀਆਂ ਹਟਦਾ ਤਾਂ ਹੀ ਕਹਿੰਦਾ। ਚਾਰ ਪੰਜ ਛੇ ਤਿੰਨ ਨੌ ਦਸ ਗਿਆਰਾਂ ਇੱਕ ਦੋ ਤਿੰਨ ਪੰਜ ਪੰਜ ਚਾਰ ਨੌ ਦਸ ਗਿਆਰਾਂ ਹੀ ਆ। ਬਾਰਾਂ ਤੇ ਜਿਹਨਾਂ ਦੇ ਬਾਰਾਂ ਲਿਖੇ ਇੱਕ ਅੱਖਰ ਨਾਲ ਰਹਿ ਗਿਆ ਜੀ। ਨਹੀਂ ਬਾਰਾਂ ਤੇ ਬਾਰਾਂ ਤੇ ਕੀ ਦੀ ਬਾਈ? ਦੋ ਛਿਆਹਠ ਚੌਦਾਂ ਛਬਾਈ ਛਠਾਈ ਚੌਂਤੀ ਬਣ ਗਿਆ ਹੋਰ ਖੇਲੇਗਾ ਇੱਕ ਵਾਰ ਹੋਰ ਕਰਨਾ ਹੈ। ਲੈ ਜਸ਼ਨ ਦੇ ਦੇ ਪੈਸੇ ਦਸ ਰੁਪਏ ਹੈਗੇ ਨੇ ਕਿੰਨੇ ਨੇ? ਪੰਜਾਹ ਰੁਪਏ ਦੇ ਦੇ ਲਿਆ ਵੀ ਵੀਹ ਰੁਪਏ ਮੋੜ ਦੇ ਕਰਾ। ਚੱਲ ਹਰਮਨ ਦੇਖ ਲੈ ਇੱਕ ਵਾਰ ਕਿਸੇ ਮਤਲਬ ਜਮਾ ਕੇ ਹੋਰ ਤੂੰ ਹੋਰ ਪਿੱਛੋਂ ਹੀ ਛੱਡ ਦੇ ਪਿੱਛੋਂ ਛੱਡ ਯਾਰ ਪਿੱਛੋਂ ਹੋਰ ਪਿੱਛੋਂ ਹੋਰ ਉਰੋਂ ਛੱਡ ਰੋ ਪਿੱਛੇ ਕਰ ਲਾ ਹੋਰ ਹੋਰ ਛੱਡ ਦੇ ਆਪਾਂ ਛੇ ਥੋੜੀ ਲੈਣਾ ਤੂੰ ਟੋਟਲ ਦੇਖ ਛੱਡ ਦੇ। ਛੱਡ ਪਹਿਲੀ ਛੇ ਦੇ ਜਮੀ ਜਾ ਜਾ ਕੋਲ ਜਾ ਕੋਲ ਜਾ ਉਹਦੇ ਵਰਤਾ ਕੰਮ ਹੋਈ ਚੱਲ ਵੀ ਦੇਖ ਛੇ ਦਿਹਾੜੇ ਨੌ ਦਿਨ ਬਾਰਾਂ ਦਿਨ ਪੰਦਰਾਂ ਪੰਜ ਵੀਹ
ਕਿਹੜਾ ਬੰਨਾ ਬੋਲ ਕਿਹੜਾ ਮਰ ਜਾ ਸਿੱਧੀ ਗਾਨਾ ਹੈ ਹਾਂਜੀ ਬਹੁਤ ਵਧੀਆ ਲੱਗਿਆ ਜੀ ਐਕਸਪੀਰੀਅੰਸ ਵਧੀਆ ਸੀ ਝੂਲਿਆਂ ਦਾ ਤਾਂ ਖਾਸ ਕਰ ਬਹੁਤ ਜ਼ਿਆਦਾ ਵਧੀਆ ਸੀ ਪਹਿਲਾਂ ਦਾ ਵਧੀਆ ਬਾਅਦ ਚੋਂ ਔਖਾ ਹੀ ਹੋਇਆ ਸਾਨੂੰ ਅਤੇ ਬਾਕੀ ਵਧੀਆ ਘੁੰਮਣ ਨੂੰ ਤੁਸੀਂ ਆ ਸਕਦੇ ਹੋ ਦੇਖ ਸਕਦੇ ਝੂਲਿਆਂ ਦੇ ਲਾਗੇ ਵਾਲਾ ਅਤੇ ਥੋੜ੍ਹਾ ਐਕਸਪੈਂਸਿਵ ਲੱਗਿਆ ਜਿਵੇਂ ਮੈਨੂੰ ਲੱਗਦਾ ਜ਼ਿਆਦਾ ਹੀ ਰੇਟ ਆ ਥੋੜ੍ਹਾ ਹਰ ਇੱਕ ਚੀਜ਼ ਦਾ ਜੇ ਆਪਾਂ ਗੇਮਿੰਗ ਵਗੈਰਾ ਕਰਦੇ ਹਾਂ ਜੇ ਝੂਲੇ ਵਗੈਰਾ ਚਲੋ ਠੀਕ ਆ ਵਧੀਆ ਇੰਜੋਇਮੈਂਟ ਲਈ ਵਧੀਆ ਜੇ ਤੁਸੀਂ ਆਉਣਾ ਚਾਹੁੰਦੇ ਤਾਂ ਜ਼ਰੂਰ ਆਇਓ ਅਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਫਰੈਂਡਾਂ ਨਾਲ ਵੀ ਸ਼ੇਅਰ ਕਰਿਓ ਸੋ ਹਾਂਜੀ ਹੁਣ ਆਪਾਂ ਕਰਦੇ ਹਾਂ ਬਲੌਗ ਦੀ ਐਂਡਿੰਗ ਹੋਪ ਕਰ ਤੁਹਾਨੂੰ ਵਧੀਆ ਲੱਗਿਆ ਤੁਸੀਂ ਵੀ ਇੰਜੋਇਮੈਂਟ ਕਰਿਆ ਹੋਊਗਾ ਸੋ ਹੁਣ ਕਰਦੇ ਹਾਂ ਆਪਾਂ ਐਂਡਿੰਗ ਓਕੇ